सो वेलकम बैक गाइस, होपफुली सारे ठीक ठाक होंगे। तो आज लास्ट स्टैंड स्टेट वर्सेस माइनॉरिटी खजाला, म्यूजिक बाय लाडी गिल, लिरिक्स खजाले भाई दे अपने ने, तो वीडियो बाय लहर ड्रीम स्टूडियो। ओके तो देखते हैं किवें दा गीत आ, क्योंकि काफ़ी लोग कह रहे हैं कि खासा घेंट गीत आ, खासा सच्चिया गल्लां कही गई बिच। मैनू दो तीन मुंडिया ने भेजा गीत, तो मैं क्या जरूर करना चाहिए कि खजाला भाई घेंट चीज़ा लिखता। तो थले अपना सारा होर कमेंटा च भी लिखा हुआ कि दिल जितलिया भाई लू कंडे खड़े हो जाते हैं। सो सुन के देखते हैं कि चीज़ा मनप्रीत हंस विच की ने, जो फीमेल वोकल भी हैगी, ओके डू इट ट्रैक है एक तरीके का, जो सुनिए की चीज़ आ। लास्ट स्टैंड लेट्स स्टार्ट। झंडा ब्लर कर रखे लाल के जरा हो लाल किले दी रानी मैं ते इंदिरा मेरा नाम मारू उस मौते जरनैल सिया कंट्रोवर्शियल ट्रैक है, बहुत सीरियस ट्रैक है यार। मतलब लास्ट स्टैंड के आखिर च कौन खड़ा रहा आखिर तक। यार मैं तोड़ती तेरे वल नु वे मैं पत्ती अकाल तारियां वाह खजाले वीर सवाल है और पिंडराला जवाब दो। सच आ गल बिल्कुल हुई सी, इंदिरा गांधी ने एक्चुअल च भेजी सी चिट्ठी कि तेरे इस स्विस अकाउंट में इन्ने मिलियन डॉलर ने, सीएम बन जा या अमेरिका चला जा, कितने चला जा, ठीक है इतों चला जा पंजाब चो, इन्ने पैसे ना। शकल देख लैन दिंदा इन्हां दी खजाले भाई, लोगों को पता लग जाता कौन सी दिल्ले। मैं लद ट्रकां विच यार मैं तोड़ती तेरे व...
ਸੁਖਵੀਰ ਸਿੰਘ ਗੁਰੀਲਾ ਵਾਰ ਦਾ ਬਾਦਸ਼ਾਹ ਦੀ ਮਾਂ ਦਿੱਲੀ ਉਹਨਾਂ ਪੁੱਤਾਂ ਨੇ ਤਾਂ ਵਿਕਣਾ ਹੀ ਸੀ ਨਸਲ ਜਿੰਨਾ ਦੀ ਕੁੱਤੇ ਉਹਨਾਂ ਪੈਰਾਂ ਵਿੱਚ ਤਾਂ ਲਟਣਾ ਹੀ ਸੀ ਉਹਨਾਂ ਭੱਜਣ ਦਾ ਦੱਸੇ ਅਸੀਂ ਪੜੀ ਮੈਂ ਕੋਈ ਪੜਾਈ ਨਾ ਮਤਾ ਅਨੰਦਪੁਰ ਮਨ ਲਾ ਤੇਰੇ ਨਾਲ ਕੋਈ ਮੇਰੀ ਲੜਾਈ ਨਾ ਪਾਣੀ ਅਤੇ ਕਿਸਾਨੀ ਛੱਡ ਕੇ ਪਾਣੀ ਨਾਲ ਉਹ ਟੁੱਟ ਜਾਗੇ ਭੱਲਾ ਤੇਰਾ ਫੜਕੇ ਨੀ ਅਸੀਂ ਗੁਰੂ ਦੇ ਹੱਥੋਂ ਛੁੱਟ ਜਾਗੇ ਬਣ ਕੇ ਸੰਤ ਸਿਪਾਹੀ ਕੌਮ ਨੂੰ ਗੁਰਮਤ ਦੇ ਨਾਲ ਜੋੜੂੰਗਾ ਤੂੰ ਜਿਉਂਦੇ ਵਿੱਚ ਸਿਪਾਹੀਆਂ ਨੂੰ ਮੈਂ ਮੁਰਦੇ ਕਰ ਕਰ ਮੋੜੂੰਗਾ ਵਾਹ ਖਜਾਲਿਆ ਵਾਹ ਕਿਆ ਵਾ ਤਾ ਮੈਂ ਏਦਾਂ ਹੀ ਲਿਖਦਾ ਰਿਹਾ ਭਰਾਵਾ ਤੇਰੇ ਨਾਲ ਆ ਯਾਰ ਸਵਾਦ ਲਿਆ ਤਾ ਬਿਲਕੁਲ ਕੋਈ ਬੰਦਾ ਕੋਈ ਜਨਾਨੀ ਕੋਈ ਬੱਚਾ ਕੋਈ ਬੁੱਢਾ ਕੋਈ ਨਹੀਂ ਛੱਡਿਆ ਯਾਰ ਕੋਈ ਬਜ਼ੁਰਗ ਕੋਈ ਯਾਰ ਸਭ ਤੋਂ ਛੋਟਾ ਬੱਚਾ ਜਿਹੜਾ ਸ਼ਹੀਦ ਹੋਇਆ ਸੀ ਨਾ ਦਰਬਾਰ ਸਾਹਿਬ ਦੇ ਵਿੱਚ ਉਹ 18 ਮਹੀਨਿਆਂ ਦਾ ਸੀ ਇੰਨਾ ਛੋਟਾ ਬੱਚਾ 18 ਦਿਨਾਂ ਦਾ ਸੋਰੀ 18 ਦਿਨਾਂ ਦਾ 18 ਦਿਨਾਂ ਦਾ 18 ਡੇਜ਼ ਸੋਹਣਾ ਗੀਤ ਬਹੁਤ ਸੋਹਣਾ ਇੱਕ ਕਮਿਊਨੀਕੇਸ਼ਨ ਵਾਲਾ ਗੀਤ ਬਣਾਇਆ ਗਿਆ ਇੱਕ ਗੱਲਬਾਤ ਕੀਤੀ ਗਈ ਠੀਕ ਆ ਜੋ ਜਿਸ ਤਰੀਕੇ ਨਾਲ ਜੋ ਹੋਇਆ ਸੀ ਉਸੇ ਤਰੀਕੇ ਨਾਲ ਦਰਸਾਇਆ ਵੀ ਗਿਆ ਠੀਕ ਹੈ ਐਕਚੁਅਲ 'ਚ ਸਾਰੀਆਂ ਗੱਲਾਂ ਹੁੰਦੀਆਂ ਸੀ ਸਾਰਾ ਕੁਝ ਹੁੰਦਾ ਸੀਗਾ ਡਾਲਰਾਂ ਵਾਲੀ ਗੱਲ ਵੀ ਹੋਈ ਸੀ ਠੀਕ ਹੈ ਆਪਣੀਆਂ ਦੂਜੀਆਂ ਗੱਲਾਂ ਵੀ ਹੋਈਆਂ ਸੀਗੀਆਂ ਤੈਨੂੰ ਸੀਐਮ ਬਣਾ ਦਾਂਗੇ ਜਾਂ ਤੂੰ ਇੱਧਰੋਂ ਚਲ ਜਾ ਸੀਐਮ ਬਣਾ ਜਦੋਂ ਇਹ ਗੱਲ ਹੋਈ ਸੀ ਫਿਰ ਬਾਦਲਾਂ ਨੂੰ ਵੀ ਹੋਇਆ ਸੀਗਾ ਕਿ ਯਾਰ ਇਹਨੂੰ ਸੀਐਮ ਬਣਾ ਰਹੇ ਮੈਨੂੰ ਕਿਉਂ ਨਹੀਂ ਬਣਾ ਰਹੇ ਫਿਰ ਬੜੀਆਂ ਗੱਲਾਂ ਮੰਨ ਮੁੰਨ ਕੇ ਬਾਦਲ ਨੂੰ ਸੀਐਮ ਬਣਾਇਆ ਗਿਆ ਸੀਗਾ ਸੋ ਬਹੁਤ ਬਹੁਤ ਖੁਸ਼ ਆ ਗੱਲ ਯਾਦ ਰੱਖਿਓ ਮੈਨੂੰ ਤਾਂ ਯਾਰ ਅੱਜ ਸਵੇਰੇ ਸੋਰੀ ਕੱਲ੍ਹ ਰਾਤ ਮੈਂ ਇੱਕ ਫੋਟੋ ਦੇਖੀ ਕੱਲ੍ਹ ਸ਼ਾਮ ਇੱਕ ਚੀਜ਼ ਹੋਈ ਹੈ ਜਿਹਦੇ ਨਾਲ ਮੇਰਾ ਬੜਾ ਦੁੱਖ ਹੋਇਆ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਨਾਲ ਰਲ ਗਿਆ ਕਿ ਕੁਰਸੀ ਯਾਰ ਇੰਨੀ ਖਤਰਨਾਕ ਚੀਜ਼ ਇੰਨੀ ਵੱਡੀ ਚੀਜ਼ ਹੈ ਕੁਰਸੀ ਮਤਲਬ ਮੈਂ ਸੀਰੀਅਸਲੀ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਤੇ ਵੀ ਵੇਖ ਜਾਣਾ ਕਿ ਬਰਗਾੜੀ ਕਾਂਡ ਦਾ ਮਾਨ ਸਾਹਿਬ ਹੁਣ ਤੁਹਾਨੂੰ ਜਸਟਿਸ ਮਿਲ ਗਿਆ ਅਨੰਦਪੁਰ ਸਾਹਿਬ ਦਾ ਮਤਾ ਤੁਸੀਂ ਪਾਸ ਕਰਾ ਲਿਆ ਦੀਪ ਸਿੱਧੂ ਬਾਈ ਦਾ ਜਸਟਿਸ ਮਿਲ ਗਿਆ ਤੁਹਾਨੂੰ ਸਾਰਾ ਕੁਛ ਏ ਟੂ ਜੈਡ ਜੋ ਤੁਸੀਂ ਮੰਗਾਂ ਰੱਖੀਆਂ ਸੀ ਅੱਜ ਤੱਕ ਉਹ ਸਾਰੀਆਂ ਪੂਰੀਆਂ ਹੋ ਗਈਆਂ ਜੋ ਤੁਸੀਂ ਜਾ ਕੇ ਅਕਾਲੀ ਦਲ ਨਾਲ ਰਲ ਗਏ ਸਿਰਫ ਜਿੱਤਣ ਵਾਸਤੇ ਕਿ ਮੈਂ ਜਿੱਤ ਜੂੰਗਾ ਮੈਨੂੰ 4 ਵੋਟਾਂ ਵੱਧ ਪੈ ਜਾਣਗੀਆਂ ਮੈਂ ਕਹਿੰਦਾ ਜਿਹੜੀਆਂ ਤੁਹਾਨੂੰ ਪੈਣੀਆਂ ਸੀ ਤੁਹਾਡੀਆਂ ਉਹ ਵੀ ਗਈਆਂ ਮੈਨੂੰ ਨਹੀਂ ਪਤਾ ਇਹ ਕਿਵੇਂ ਤੁਸੀਂ ਕੀ ਸੋਚਿਆ ਜਾਂ ਕੀ ਕੀਤਾ ਆ ਮੇਰਾ ਮਨ ਟੁੱਟ ਗਿਆ ਤੁਹਾਡੀ ਇਹ ਫੋਟੋ ਦੇਖ ਕੇ ਤੁਹਾਡੀ ਇਹ ਗੱਠਜੋੜ ਦੇਖ ਕੇ ਸੋ ਕਾਲਡ ਗੱਠਜੋੜ
ठीक है, समझ नहीं आता की है की हिसाब नहीं है, अगे वक्त ही दसूगा। बाकी बहुत सोहना गीत, बहुत सोहनी वोकल्स दोवे जने दी, बहुत गज वज के गाना किया गया, गीत बहुत जोश वाला गीत आ, म्यूजिक बहुत सोहना किया लाडी गिल बाई ने, तो खजाले बाई खिंच के रखी, थोड़ा ध्यान रखी अपना, क्योंकि इदा के गीत करने वाले सरकार बहुत टाइम रह नहीं दिंदियां, थोड़ा ध्यान रखियो अपना, मैं बस यही गल कहूँगा। ठीक है, अजकल वैसे भी थोड़ा टाइम उपर थले चल ही रहा। सत श्री अकाल।